सुनियो प्यारियो जेड़े ज्ञान ज्ञानी सिंह सुनियो साढ़े ना थोड़े दिन पहला एक संस्था दे बंदे आ गए मेरे कोले वो मैनु कहिंदे जी शब्द जेड़े ने ना कई वो थोड़े नाल सांझे करने मैं कह जी करो गल थोड़ी जी करो वो बंदिया ने जो शब्द कई उन्होंने यह जे भी वो अर्थ कदे सुने ही नहीं हंकार इस करके लई फिरदे ने नाल अपने भी सानू तो शब्दां दा अर्थ ही बहुत आउंदे ने जिवें हुण मान लो सिर कंपिओ पग डगमगे नैन जोत ते हीन वो भाव उहनू इस हिसाब नाल लैंदे ने भी बंदे दे सिर कंबण दी गल नहीं भी जदों सिर कंबणा कईआं दा नहीं कंबदा कई ऐं मर मुर जांदे ने अटैक हो जांदा कई बुढ़े हो कोई सिर नहीं कंबदा कईआं दा नहीं कंबदा उह कहिंदे असल च जदों सिर हिल जांदा ना बंदे दा जदों दिमाग हिलदा फिर उहदे पग डगमग आ जांदे भी बंदे का असल च ना सिर हिलता है हुण जदों सिर हिलता है फिर पग डगमगा जांदे आ फिर बंदा उहदी दृष्टि च फर्क पै जांदा संसार नूं वेखण वाली उह अख बदल जांदी है फिर उहदी जन कि उहने इदां अर्थ करदे हरेक गल दा जिवें हुण मान लो शब्द आउंदा है जिदां ਬਈ ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ ਪੰਚਾਲੀ ਕਹਿੰਦੇ ਸਾਡੀ ਸੁਰਤ ਹੈ ਰਾਜ ਸਭਾ ਮਤਲਬ ਕੋ ਹਰ ਸਮਾਨ ਨਹੀਂ ਰਾਜਾ ਪਰਮਾਤਮਾ ਆ ਜਿਹੜਾ ਦਰਬਾਰ ਹੈ ਗੁਰੂ ਦਾ ਇਹ ਰਾਜ ਸਭਾ ਹੈ ਤੇ ਪੰਚਾਲੀ ਜਿਹੜੀ ਸਾਡੀ ਸੁਰਤ ਭਟਕਦੀ ਜੀ ਫਿਰਦੀ ਸੀ ਪੰਜਾਂ ਗਿਆਨ ਇੰਦਰੀਆਂ ਚ ਕਹਿੰਦੇ ਉਹਨੂੰ ਸੁਧ ਆ ਗਈ ਇਹ ਕਹਿੰਦੇ ਪੰਚਾਲੀ ਦਰੋਪਦੀ ਦੀ ਗੱਲ ਨਹੀਂ ਕੀਤੀ ਸੁਰਤ ਦੀ ਗੱਲ ਕੀਤੀ ਹੈ ਇਦਾਂ ਦੇ ਸ਼ਬਦ ਜਿਹੜੇ ਡੂੰਘੇ ਹੈ ਜਿਹੜੇ ਸਾਡੇ ਸਮਝ ਚ ਨਹੀਂ ਆਉਂਦੇ ਇਥੋਂ ਤੱਕ ਕਿ ਸਾਰੇ ਸਵਈਆਂ ਦੇ ਅਰਥ ਉਹ ਇਹ ਕਰਦੇ ਆ ਵੀ ਰੱਬ ਨੂੰ ਕਿਹਾ ਸਾਰੇ ਸਵਈਏ ਜਿਹੜੇ ਐ ਇਹਨਾਂ ਦੇ ਅਰਥ ਕਰਦੇ ਆ ਵੀ ਪਰਮਾਤਮਾ ਨੂੰ ਕਿਹਾ ਸ਼ਰੀਰਾਂ ਨੂੰ ਨਹੀਂ ਕਿਹਾ ਉਹ ਸਵਈਆਂ ਦੇ ਅਰਥ ਵੀ ਇਦਾਂ ਕਰਦੇ ਜਿਹੜੀ ਮੈਂ ਗੱਲ ਕਰਦਾ ਸੀ ਨਾ ਬੰਦੇ ਜਿਹੜੇ ਮੇਰੇ ਨਾਲ ਵਿਚਾਰ ਕਰਨ ਆਏ ਉਹ ਮੈਨੂੰ ਕਹਿੰਦੇ ਜੀ ਤੁਹਾਡੇ ਕਥਾਵਾਚਕ ਦਿਓ ਸਾਡੇ ਨਾਲ ਵਿਚਾਰ ਕਰਨ ਸਾਡੇ ਨਾਲ ਗੱਲ ਕਰਨ ਇੱਥੇ ਬਹਿ ਕੇ ਆਹ ਸ਼ਬਦ ਕਿਵੇਂ ਆ ਆਹ ਸ਼ਬਦ ਕਿਵੇਂ ਆ ਆਹ ਸ਼ਬਦ ਕਿਵੇਂ ਆ ਤੇ ਮੈਂ ਪੰਜ ਚਾਰ ਸ਼ਬਦ ਉਹਨਾਂ ਨੇ ਮੇਰੇ ਸਾਹਮਣੇ ਬੈਠਿਆ ਨਹੀਂ ਪੜ੍ਹਦੇ ਮੈਂ ਹੈਰਾਨ ਹੋਵਾਂ ਵੀ ਆਹ ਤੇ ਅਰਥ ਹੀ ਨਹੀਂ ਸੁਣੇ ਕਦੀ ਜਿਹੜੇ ਇਹ ਕਰਦੇ ਨੇ ਤੇ ਗੱਲ ਵੀ ਮਨ ਨੂੰ ਲੱਗਦੀ ਹੈ ਹਰ ਗੱਲ ਮਨ ਨੂੰ ਲੱਗਦੀ ਹੈ ਦਿਉਰਾ ਫੇਰਨ ਵਾਲਾ ਸ਼ਬਦ ਉਹਨਾਂ ਨੇ ਪੜ੍ਹਿਆ ਕਿਧਰੇ ਉਹਨਾਂ ਨੇ ਬਈ ਜਿਹੜੇ ਭੱਟਾਂ ਦੇ ਸਵਈਏ ਵਿੱਚ ਉਹਨਾਂ ਨੇ ਇੱਕ ਦੋ ਦਾ ਵੀ ਐਗਜ਼ਾਮਪਲ ਦੇ ਦਿੱਤੀ ਉਹ ਸਾਰੀਆਂ ਹੀ ਕਲੀਅਰ ਕਰਕੇ ਬੰਦੇ ਗੱਲ ਆਪੇ ਹੀ ਬੋਲੀ ਜਾਣ ਮਾਨ ਬਹੁਤ ਉਹਨਾਂ ਨੂੰ ਵਿਦਿਆ ਦਾ ਵੀ ਆਓ ਕਰੋ ਗੱਲ ਸਾਡੇ ਨਾਲ ਇਦਾਂ ਅੱਖਰਾਂ ਦਾ ਮਾਨ ਸ਼ਬਦਾਂ ਦੇ ਅਰਥਾਂ ਦਾ ਮਾਨ ਤੇ ਮੈਂ ਫਿਰ ਉਹਨਾਂ ਨੂੰ ਹੱਸਦਾ ਸੀ ਮੈਂ ਕਿਹਾ ਭਾਈ ਜਿਹੜਾ ਤੂੰ ਗਿਆਨ ਕਰਾਉਣਾ ਸਾਡੇ ਇੱਥੇ ਕਈ ਕਥਾਵਾਚਕ ਨੇ ਜਿਹੜੇ ਸਰਕਾਰਾਂ ਦੇ ਤਲੂਏ ਛੱਡਦੇ ਆ ਸਰਕਾਰਾਂ ਦੇ ਤਲੂਏ ਛੱਡਦੇ ਕੋਣ ਗੁੰਦੇ ਨਹੀਂ ਥੱਕਦੇ ਭਾਵ ਕਿ ਜੋ ਆਰਐਸਐਸ ਚਾਹੁੰਦੀ ਹੈ ਸਰਕਾਰਾਂ ਜੋ ਚਾਹੁੰਦੀਆਂ ਉਹਨਾਂ ਦੀ ਬੋਲੀ ਬੋਲਦੇ ਆ ਕਹਿੰਦੇ ਹਾਂਜੀ ਬੋਲਦੇ ਆ ਮੈਂ ਕਿਹਾ ਤੁਹਾਨੂੰ ਪਤਾ ਹੈ ਨਾ ਵੀ ਮੀਣੇ ਜੇ ਬਣ ਕੇ ਕੰਮ ਕਰ ਰਹੇ ਆ ਕਹਿੰਦੇ ਹਾਂਜੀ ਪਤਾ ਸਾਨੂੰ ਕਰਦੇ ਆ ਕਦੇ ਨਾਨਕ ਸ਼ਾਹੀ ਕੈਲੰਡਰ ਬਾਰੇ ਨਹੀਂ ਕਦੇ ਉਹਨਾਂ ਨੇ ਸਿੱਖ ਰਹਿਤ ਮਰਿਆਦਾ ਬਾਰੇ ਗੱਲ ਨਹੀਂ ਬੇਨਤ ਕੀਤੀ ਡੇਰਿਆਂ ਤੇ ਬਾਬਿਆਂ ਦੀਆਂ ਬਰਸੀਆਂ ਤੇ ਸਾਰੇ ਪਾਸੇ ਜਾਂਦੇ ਆ ਤੇ ਬਸ ਬਹੁਤ ਐ ਮਿੱਠਾ ਧਿਆਨ ਦਿਆ ਜੇ ਕਿਰਪਾ ਕਰਿਆ ਜੇ ਇਦਾਂ ਬੋਲਦੇ ਨੇ ਇਦਾਂ ਹਰ ਗੱਲ ਚ ਬੜਾ ਮਿੱਠਾ ਮਿੱਠਾ ਬੋਲਦੇ ਨੇ ਵੀ ਧਿਆਨ ਦਿਆ ਜੇ ਕਿਰਪਾ ਕਰਿਆ ਜੇ ਤਰਸ ਕਰਿਆ ਜੇ ਮੇਰੇ ਤੇ ਇਦਾਂ ਦੀ ਬੜੇ ਤਰਸੀਲੇ ਬਣ ਕੇ ਕਥਾ ਕਰਦੇ ਆ ਕਹਿੰਦੇ ਹਾਂਜੀ ਕਰਦੇ ਆ ਮੈਂ ਕਿਹਾ ਹੁਣ ਜਿਹੜਾ ਉਹ ਕਥਾ ਵਾਚਕ ਹੈ ਜਿਹਨੇ ਪਹਿਲਾਂ ਵਾਲੇ ਅਰਥ ਮਿਸ਼ਨਰੀ ਕਾਲਜਾਂ ਚ ਰਹਿ ਕੇ ਪੜ੍ਹੇ ਆ ਕਹਿੰਦਾ ਹਾਂ ਮੈਂ ਕਿਹਾ ਮੈਂ ਤੇਰੇ ਵਾਲੇ ਪੜ੍ਹਾ ਦਿੰਦਾ ਜਿਹੜੇ ਤੈਂ ਪੜ੍ਹਾਣੇ ਨੇ ਤੇਰੇ ਕੋਲ ਉਹਨੂੰ ਕਲਾਸ ਲਵਾ ਦਿੰਦੇ ਆ ਵੀ ਆਹ ਦੇ ਸ਼ਬਦਾਂ ਦੀ ਅਜੇ ਗੁੰਝਲ ਹੈ ਵੀ ਕੱਢ ਦੇ ਕਹਿੰਦਾ ਕੱਢ ਦਾਂਗੇ ਮੈਂ ਕਿਹਾ ਪਰ ਜਿਹੜਾ ਉਹਦਾ ਮੀਣਾ ਪਣ ਹੈ ਉਹ ਕੌਣ ਕੱਢੂ ਜਿਹੜਾ ਚਾਪਲੂਸੀ ਕਰਨ ਦਾ ਸੁਭਾਅ ਹੈ ਉਹਦਾ ਉਹ ਕੌਣ ਕੱਢੂ ਜੇ ਵੀਰਾ ਉਹ ਨਿਕਲਣਾ ਹੁੰਦਾ ਨਾ ਉਹ ਤੇ ਕਸ਼ੂਕ ਪੜੀਏ ਗਿਆਨ ਉਦੋਂ ਹੀ ਨਿਕਲ ਜਾਣਾ ਸੀ ਕੱਲੇ ਜਪਜੀ ਸਾਹਿਬ ਨਾਲ ਹੀ ਨਿਕਲ ਜਾਣਾ ਸੀ ਜੇ ਨਿਕਲਣਾ ਹੁੰਦਾ ਨਾ ਉਹਦਾ ਕਮੀਨਾ ਪਣ ਫਿਰ ਤੇ ਉਹਦਾ ਮੂਲ ਮੰਤਰ ਨਾਲ ਹੀ ਨਿਕਲ ਜਾਂਦਾ ਉਹ ਇੱਕੋ ਅੰਕ ਉਹ ਨਿਰਭਉ ਦੀ ਸਮਝ ਨਹੀਂ ਨਾ ਜਿਹਨੂੰ ਆਈ ਉਹਨੂੰ ਜੋ ਮਰਜ਼ੀ ਗਿਆਨ ਕਰਾ ਲੈ ਤੂੰ ਗੱਲ ਗਿਆਨ ਤੇ ਗਿਆਨ ਨੂੰ ਹੋਰ ਵਧੀਆ ਕਰਨ ਤੇ ਨਹੀਂ ਲਾਣੀ ਪੈਣੀ ਤੁਹਾਨੂੰ ਗਿਆਨ ਲੈਣ ਵਾਲੇ ਸੁਭਾਅ ਤੇ ਕੰਮ ਕਰਨਾ ਸ਼ਬਦਾਂ ਦੇ ਜ਼ੋਰ ਨਹੀਂ ਲਾਉਣਾ ਪੈਣਾ ਤੁਹਾਨੂੰ ਜਿਹੜਾ ਜਿਹੜਾ ਬੰਦਾ ਸਮਝਦਾ ਹੈ ਜਿਹੜਾ ਮਨ ਕਿੱਥੇ ਡੋਲਦਾ ਕੰਮ ਉਹਦੇ ਤੇ ਕਰਨਾ ਪੈਣਾ
ਬਹੁਤ ਬੰਦੇ ਇਸ ਗੱਲ ਦੇ ਵਿੱਚ ਬਹੁਤ ਜ਼ੋਰ ਲਾ ਰਹੇ ਵੀ ਸ਼ਬਦ ਐਦਾਂ ਕਿਵੇਂ ਆ ਸ਼ਬਦ ਐਦਾਂ ਕਿਵੇਂ ਸਮਝ ਆਊ ਉਹ ਤਾਂ ਬੜੇ ਅੱਗੇ ਤੋਂ ਅੱਗੇ ਗਿਆਨੀ ਬੈਠੇ ਐ ਗੱਲ ਤੇ ਐ ਵੀ ਮੇਰਾ ਮਨ ਕੀ ਕੀ ਕੁਝ ਕਰਦਾ ਐ ਮੈਂ ਆਪਣੇ ਮਨ ਨੂੰ ਸਿੱਧਾ ਕਿਵੇਂ ਕਰਾਂ ਜਿਹੜਾ ਉਹ ਗਿਆਨੀ ਐ ਨਾ ਉਹ ਗਿਆਨੀ ਧਿਆਨ ਦਿਆ ਜੇ ਉਹਦੀ ਗੱਲ ਕਰਦਾ ਮੈਂ ਵੀ ਉਹ ਜਿਹੜਾ ਗਿਆਨੀ ਐ ਉਹ ਗਿਆਨੀ ਜਿਹੜਾ ਐ ਉਸ ਗਿਆਨੀ ਨੂੰ ਆਪਣੇ ਮਨ ਤੇ ਆਪ ਕੰਮ ਕਰਨਾ ਪੈਣਾ ਵੀ ਮਨਾ ਤੂੰ ਚਾਪਲੂਸੀਆਂ ਕਰਦਾ ਸਰਕਾਰਾਂ ਦੀਆਂ ਤੈਨੂੰ ਅੱਗ ਲੱਗੀ ਹੈ ਮੰਜੀ ਸਾਹਿਬ ਵਿੱਚ ਕਥਾ ਕਰਨ ਦੀ ਵੀ ਮੈਨੂੰ ਡਿਊਟੀ ਮਿਲੇ ਮੈਨੂੰ ਸੱਚ ਬੋਲਣਾ ਚਾਹੀਦਾ ਹੈ ਸ਼੍ਰੋਮਣੀ ਕਮੇਟੀ ਦਾ ਸਿਸਟਮ ਵਿਗੜਿਆ ਪਿਆ ਹੈ ਮੈਂ ਇਹਨਾਂ ਦੇ ਦਰ ਦਾ ਕੂਕਰ ਨਾ ਬਣਾ ਮੈਂ ਮਾਲਕ ਦੇ ਦਰ ਦਾ ਕੂਕਰ ਬਣਾ ਜੇ ਉਹ ਕਥਾਵਾਚਕ ਆਪ ਆਪਣੇ ਸੁਭਾਅ ਤੇ ਕੰਮ ਕਰੇਗਾ ਤਾਂ ਫਿਰ ਗੁਰੂ ਦਾ ਥੋੜਾ ਜਿਹਾ ਗਿਆਨ ਹੀ ਉਹਦੇ ਲਈ ਬਥੇਰਾ ਜਾਣਦਾ ਬਹੁਤ ਕੁਝ ਹੈ ਉਹ ਆਪਣੇ ਆਪ ਨੂੰ ਆਪ ਬਦਲੇਗਾ ਤਾਂ ਗੱਲ ਬਣਦੀ ਹੈ ਸ਼ਬਦ ਵੀ ਆਪਾਂ ਕੁਦਰਤੀ ਉਹੀ ਪੜ ਰਹੇ ਹਾਂ ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ ਜ਼ਿਆਦਾ ਜ਼ਿਆਦਾ ਗਿਆਨ ਕਰਾ ਦੇਗਾ ਤਾਂ ਵੀ ਨਹੀਂ ਸਮਝਾ ਸਕਦਾ ਤੁਹਾਨੂੰ ਬਦਲ ਹੀ ਨਹੀਂ ਸਕਦਾ ਇਹ ਸੋਚ ਨਹੀਂ ਬਦਲਦੀ ਭਾਈ ਤਾਂ ਕਰਕੇ ਆਪਣੇ ਆਪ ਨੂੰ ਜਿਹੜੇ ਸਮਝਾਉਣਾ ਚਾਹੁੰਦੇ ਹੋ ਨਾ ਭਾਈ ਤੁਸੀਂ ਉਹ ਗੁਰਬਾਣੀ ਨੂੰ ਸਮਝੋ ਸਹਿਜ ਪਾਠ ਅਰਥ ਪੜੋ ਜਿਹੜੇ ਕੁਝ ਕਰਨਾ ਚਾਹੁੰਦੇ ਹੋ ਉਹ ਕਰੋ ਉਹ ਲੱਗੋ ਅੱਗੇ